ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਨੂੰ ਸਾਰਿਆਂ ਨੂੰ। ਅਤੇ ਅੱਜ ਫਿਰ ਆਏ ਹੋਏ ਬਾਈ ਖੇਤ ਪਾਉਣ ਮਰਸੀਨ ਵਾਲਾ। ਉੱਦਣ ਆਪਾਂ ਵਾਇਆ ਤਾਂ ਤਵੀਆਂ ਨਾਲ ਅਤੇ ਅੱਜ ਹਲਾਂ ਨਾਲ। ਸਤਿ ਸ਼੍ਰੀ ਅਕਾਲ ਜੀ ਯਾਰ, ਹੁਣ ਆਪਾਂ ਨੇ ਤਾਂ ਹੋਰ ਕਰ ਦੇਣਾ, ਇਹ ਇੱਕ ਆਕਣ ਦਾ ਮਾੜਾ ਮੋਟਾ ਸੁੱਕ ਜੂਗਾ। ਕੱਲ੍ਹ ਕੁੱਲ ਨੂੰ ਦੇ ਕੇ ਸੁਹਾਗਾ, ਪਰਸੋਂ ਕਿਸੇ ਨੂੰ ਬੀਜਦਾ ਕਰੀਏ, ਲੇਟ ਹੋਈ ਜਾਂਦਾ। ਕੱਲੂਆਂ ਦੇ ਦੇ, ਸਵੇਰ ਸਾਜੇ ਦੇ ਸੁਹਾਗਾ ਦੇ ਦੇ, ਕੱਲੂ ਬੀਜ ਦੇ। ਦਿਨ ਚ ਲਾਈਟ ਚੱਲਦੀ ਹੈ, ਕਈ ਵਾਰ ਸ਼ਾਮ ਨੂੰ ਆ ਜਾਂਦੀ। ਬਸ ਠੀਕ ਆ, ਫਿਰ ਚਾਹੋ ਸ਼ਾਮ ਦੇ ਦੇ ਸੁਹਾਗਾ ਤਾਂ। ਬਰਸੀਨ ਲਿਆ ਅੱਜ ਦਾ ਨਵਿਗੜ ਕੰਮ, ਕੱਲੂ ਬੀਜ ਦੇਣਾ। ਜਿਹੜਾ ਉਹ ਚਰੀ ਵਾਲਾ ਰਹਿ ਗਿਆ ਉਹਦੇ 'ਚ ਵਾਹ ਵੂ ਕੇ ਫਿਰ ਲਸਣ ਲਸਣ ਲਾ ਲੂੰਗਾ, ਉਹ ਤਾਂ ਬਾਅਦ 'ਚ ਹੋ ਜੂ। ਆਹੋ ਮੈਨੂੰ ਇੰਨਾ ਬੀਜਦਾ ਕਰ ਤੂੰ ਸਾਰਾ ਹੀ ਆਹ। ਹਾਂ ਫਿਰ ਕਿਆ, ਚਾਰ ਦਿਨ ਨੂੰ ਫਿਰ ਲੇਟ ਹੋਈ ਜਾਂਦਾ, ਕੰਮ ਛੱਡ ਜਾਂਦੇ, ਫਿਰ ਟਾਈਮ ਨਹੀਂ ਲੱਗਦਾ। ਹੁਣ ਵਿਹਲੇ ਹਾਂ, ਹੁਣ ਵਿਹਲੇ ਹਾਂ, ਫਿਰ ਧਾਨਾ ਧੁਨਾ ਹੀ ਫਸ ਜਾਂਦੇ, ਫਿਰ ਜੇ ਜਿੱਕ ਚ ਲੇਟੇ ਹੋਈ ਜਾਂਦਾ ਕੰਮ। ਧਾਨ ਕਦ ਵੱਢ ਹੋਣੇ ਆ, ਉਹੀ ਗੱਲ ਆ, ਫਿਰ ਉਹਨਾਂ ਤਾਂ ਬਹੁਤ ਲੇਟ ਹੋ ਜਾਂਦਾ, ਬਹੁਤ ਲੇਟ ਹੋ ਜਾਣਾ। ਬਾਕੀ ਇਹਦੇ ਨਬੇੜ ਦੋ, ਅਗੇਤਾ ਹੋ ਜੂ ਕੰਮ। ਅਰੇ ਕੱਲ੍ਹ ਮੈਂ ਨਬੇੜ ਦੇ ਨੂੰ ਬਸ ਸੁਹਾਗਾ ਮਾਰ ਕੇ ਉੱਪਰ 'ਤੇ ਦੋ ਕਿਆਰੇ ਕੱਢ ਕੇ ਜੀ ਬਜਟਾ ਦੇ ਕੇ ਭਰਾ ਕਰ, ਵਿੱਚ ਰਾਇਆ ਲਿਆਉਣਾ, ਵਿੱਚ ਤੋੜੀ ਆ, ਵਿੱਚ ਰੈਲੀ ਸਰੋਂ ਛੱਡਣੀ ਨਹੀਂ ਕੋਈ। ਹਾਂ ਮਿੱਸਾ ਜਿਹਾ ਬੀਜਣਾ, ਪਹਿਲੀ ਵਾਢ ਹੋ ਜਾਂਦੀ ਹੈ, ਰੈਲੀ ਸਰੋਂ ਜ਼ਿਆਦਾ ਪਾਉਣੀ ਆ ਐਤਕੀ, ਪਿਛਲੇ ਸਾਲ ਤਾਂ ਜੰਮੇ, ਨਰਾਇਆ ਵੀ ਨਹੀਂ ਜੰਮਿਆ, ਨਹੀਂ ਪਹਿਲੀ ਵਾਢ ਹੋ ਜਾਂਦੀ ਹੈ। ਪਿਛਲੇ ਬਹੁਤ ਘੱਟ ਜੰਮਿਆ, ਹੋਰ ਦੇ ਵੀ ਘੱਟ ਜੰਮਿਆ, ਹੋਰ ਦੇ ਵੀ ਘੱਟ ਜੰਮਿਆ, ਰਾਇਆ ਜੇ ਬੀਜਾਂ ਜੇ ਫਰਕ ਤਾਂ ਬੀਜਾਂ, ਹੋਰ ਦੇ ਵੀ ਘੱਟ ਜੰਮਿਆ ਆਪਣੇ, ਨਹੀਂ ਇਕੱਲੇ ਹੋਰ ਦੇ ਵੀ, ਰੈਲੀ ਸਰੋਂ ਵੀ ਨਹੀਂ ਜੰਮੀ, ਨਹੀਂ ਸਾਗ ਬਹੁਤ ਕੰਮ ਦਾ ਹੁੰਦਾ, ਕੱਖ ਖਾਤਰ ਵੀ ਬੂਝਾ ਬਹੁਤ ਮਾਰਦੀ ਉਹ, ਕੱਖ ਬਹੁਤ ਕੰਮ ਦਾ ਹੁੰਦਾ। ਬਾਕੀ ਅਲਕਮਾਂ ਤਾਂ ਲਾਉਣੀਆਂ ਨਹੀਂ, ਮੂਲੀਆਂ ਹੀ ਲਾਉਣੀਆਂ, ਅਲਕਮਾਂ ਨੂੰ ਖਾਂਦਾ ਕੋਈ ਵੀ ਨਹੀਂ, ਮੂਲੀਆਂ ਲਾ ਦੇਣੀਆਂ ਦੋ ਪੱਟਾਂ। ਮੂਲੀਆਂ ਗੁਆਂਢੀ ਵੀ ਫਿਰ ਪੱਟ ਲਈ ਜਾਂਦੇ ਆ, ਕੋਈ ਵੀ ਪੱਟ ਲਵੇ, ਫਿਰ ਸਾਗ ਨੂੰ ਖਾਂਦੇ ਹੀ ਕੋਈ, ਸਾਗ ਵੀ ਤੋੜੀ ਜਾਂਦੇ ਆ। ਹਾਂ ਸਾਗ ਤਾਂ ਫਿਰ ਤੋੜ, ਚੱਲ ਕੋਈ ਗੱਲ ਨਹੀਂ, ਉੱਤੇ ਗਿਆ ਉਹ ਖਾਣੇ ਵਾਲੀ ਚੀਜ਼ ਆ, ਖਾਣੇ ਵਾਲੀ ਕਿਹਨੂੰ ਰੁਕਣੀ, ਰੁਕਣੀ ਪੈਂਦੀ, ਗਾਹ ਚੋਰੀ ਦਾ ਹੈ ਨਹੀਂ ਕੋਈ। ਚੱਲ ਜਿਹਦੇ ਨਹੀਂ ਖੇਤ ਅਗਲਾ ਤੋੜ ਵੀ ਲੈ ਜਾਵੇ, ਕੋਈ ਫਰਕ ਨਹੀਂ, ਕੋਈ ਨਹੀਂ, ਕੋਈ ਅੱਗੇ ਕਿਹੜੇ ਰੋਕਦੇ ਆ, ਅੱਗੇ ਕਿਹੜੇ ਰੋਕਦੇ ਆ, ਅੱਗੇ ਕਿਹੜੇ ਰੋਕਦੇ, ਆਏ ਆ ਬੰਦਾ ਗਾਹ ਨਾ ਪਾਵੇ ਵਿੱਚ, ਸਾਈਡ ਸਾਈਡ ਤੇ ਐਂ ਟਕਾ ਕੇ ਵੱਢ ਤੋੜ ਲਵੇ, ਉਹ ਜਿਹੜਾ ਫਿਰ ਕਸਮਾਨ ਪਾ ਦਿੰਦੇ ਵਿੱਚ ਵੱਢ ਕੇ, ਉਹ ਵੱਢਣਾ ਵੱਢ ਨਹੀਂ ਹੁੰਦਾ, ਵੱਢਣੇ ਦਾ ਔਖਾ, ਦਾਤੀ ਨਾਲ ਪਹਿਲੀ ਵਾਢ ਵੱਢ ਹੁੰਦੀ ਆ, ਉਹੀ ਵੱਢ ਨਹੀਂ ਹੁੰਦੀ, ਉਹ ਨਹੀਂ ਵੱਢ ਹੁੰਦੀ, ਫਿਰ ਤਾਂ ਦਾਤੀ ਚੱਲਦਾ। ਹਾਂ ਉਹ ਪੁੱਛ ਕੇ ਤੋੜ ਲਵੇ ਬੰਦਾ, ਜਿਹੜਾ ਅੱਗੇ ਪਿੱਛੇ ਤੋੜਦਾ ਉਹ ਤੋੜਦਾ, ਦੇਖਦਾ ਨਹੀਂ ਅੱਗੇ ਪਿੱਛੇ ਬੁੱਝਾ, ਜਿਹਨੇ ਪੁੱਛ ਕੇ ਤੋੜਨਾ ਉਹਨੂੰ ਕਿ ਅਗਲੇ ਨੂੰ ਫਿਰ ਐਂ ਹੁੰਦਾ ਵੀ ਜੇ ਆਉਣਾ ਜਾਵੇ ਤੋੜ ਲਓ ਦਵਾਲਾ, ਚੱਕਰ ਤਾਂ ਇਹੀ ਹੈ, ਹੋਣਾ ਕੀਤਾ ਆਪਣਾ ਹੀ ਹੈ। ਕਈ ਸਾਡੇ ਹੈਗੇ ਆ, ਕਈ ਆਪਣੇ ਇਕੱਲਾ ਪਰਸੀਣੇ ਬੀਜਦੇ ਆ, ਉਹ ਵਿੱਚ ਕੁਛ ਪਾਉਂਦੇ ਨਹੀਂ, ਪਾਉਂਦੇ ਨਹੀਂ ਹੈਗੇ, ਇਹੀ ਕੰਮ ਦੇ ਮਾਰੇ, ਇਹੀ ਕੰਮ ਦੇ ਮਾਰੇ, ਸਾਗ ਵਾਲੇ ਕਣ ਤਾਂ ਆਉਂਗੇ, ਉਹ ਤਾਂ ਨਹੀਂ ਪਾਉਂਦੇ, ਉਹ ਤਾਂ ਨਹੀਂ ਪਾਉਂਦੇ, ਅਸੀਂ ਤਾਂ ਹਰੇਕ ਸਾਲ ਪਾਉਂਦੇ ਹਾਂ, ਐਤਰੀ ਅਸੀਂ ਤਾਂ ਕਦੇ ਛੱਡਿਆ ਨਹੀਂ। ਪਿਛਲੇ ਸਾਲ ਲੇਟ ਹੀ ਹੋ ਗਿਆ ਤਾਂ ਆਪਣਾ ਪਰਸੀਣ, ਆ ਪਿਛਲੇ ਸਾਲ ਲੇਟ ਹੋ ਗਿਆ ਤਾਂ, ਇਹ ਸਾਲ ਫਿਰ ਪਰਾਲੀ ਚੱਕ ਫਲਾਣਾ ਤਿਲਕਾ ਨਹੀਂ, ਜੇ ਬੂਟੇ ਵਾਲੇ ਚਾਹ ਚ ਬੀਜਿਆ ਤਾਂ, ਇਹ ਚ ਜੜਾ ਜੁੜਾ ਕੱਢ ਕੇ ਹੋਰ ਜੜਾ ਜੁੜਾ, ਨਾਲੇ ਫਿਰ ਜੇ ਆਪਾਂ ਲੇਟ ਕਰੀ ਜਾਈਏ ਫਿਰ ਠੰਡ 'ਚ ਹੁੰਦਾ ਵੀ ਨਹੀਂ, ਠੰਡ 'ਚ ਨਹੀਂ ਹੁੰਦਾ, ਠੰਡ 'ਚ ਹੁੰਦਾ ਨਹੀਂ, ਇਹਦਾ ਹੁਣ ਗਰਮੈਸ਼ ਵਿੱਚ ਐਂ ਤਾਂ ਜੇ ਅਸੀਂ ਕਹਿੰਦਾ ਅਸੀਂ ਬੀਜਿਆ ਤਾਂ ਸਾਡਾ ਲੋਟ ਹੀ ਨਹੀਂ ਆਇਆ, ਹੁਣ ਬੀਜ ਲਿਆ, ਪਹਿਲਾਂ ਹੀ ਬੀਜ ਤਾ, ਕਿੱਦੇ ਦਿਨ ਹੋ ਗਏ, ਅੱਛਾ ਮੀਂਹ ਤਾਂ ਪਹਿਲਾਂ ਹੀ ਬੀਜ ਤਾ, ਇੱਕ ਗਹਿਰਾ ਲੋਟ ਆ, ਕਹਿੰਦਾ ਇੱਕ ਲੋਟ ਹੀ ਨਹੀਂ ਆਇਆ, ਅੱਛਾ ਇੱਕ ਲੋਟ ਆ ਗਿਆ,
ਗਰਮੀ ਵੀ ਤੀ ਜਾਂਦੀ, ਗਰਮੀ ਜ਼ਿਆਦਾ ਤੀ, ਹੁਣ ਤਾਂ ਮੌਸਮ ਵੀ ਜ਼ਿਆਦਾ ਨਹੀਂ ਚੱਲਦਾ, ਹੁਣ ਤਾਂ ਸਵੇਰੇ ਸ਼ਾਮ ਪੂਰੀ ਠੰਡ ਹੋ ਜਾਂਦੀ, ਮੌਸਮ ਠੰਡਾ ਪੂਰਾ, ਹੁਣ ਠੰਡਾ ਪੂਰਾ, ਹੁਣ ਵੀ ਠੰਡ ਹੈ, ਠੰਡਾ ਮੌਸਮ, ਰਾਤ ਨੂੰ ਖੇਸੀਆਂ ਦੇ ਹੁੰਦੀਆਂ ਪੱਖਾ ਚਲਾ ਕੇ, ਪੱਖਾ ਘੱਟ ਕਰਨਾ ਪੈਂਦਾ ਸਾਡੇ ਏਰੀਏ ਚ ਬਾਈ, ਹੋਰ ਇਲਾਕਿਆਂ ਨਾਲ ਤੇ ਫਰਕ ਹੈ, ਫਰਕ ਬੂਟਿਆਂ ਕਰਕੇ, ਸਿੱਲ ਵੀ ਆ ਰਹੇ ਧਰਤੀ ਚ, ਧਰਤੀ ਸਿੱਲ ਆ ਪਏ ਆ, ਬੂਟਿਆਂ ਦਾ ਸਾਰਾ ਦਿਨ ਤਾਂ ਛਾਵਾਂ ਰਹਿੰਦੀ ਹੈ, ਧੁੱਪ ਤਾਂ ਦੇਖਦੀ ਹੋਈ ਨੀ, ਧੁੱਪ ਨਹੀਂ ਦੇਖਦੀ, ਸਿਆਲ ਸਿਆਲ ਉਹਨੇ ਦਿਖਾ ਵੀ ਧੁੱਪ ਦੇਖਦੀ ਆ, ਜਿੱਥੇ ਨਹੀਂ ਪਪੂਲਰ ਉੱਥੇ ਜਾ ਧੁੱਪ ਦੇਖਦੀ ਆ, ਪਪੂਲਰ ਆਹ ਲੱਗੇ ਹੋਏ ਦੇਖ ਲਓ ਆਹ ਪਹੀ ਤੇ ਉਹ ਤੱਕ ਪਰਛਾਵਾਂ ਜਾਂਦਾ, ਦੋ ਗੱਠੇ ਪਰਾਂ ਤਿੰਨ ਗੱਠੇ ਪਰਾਂ ਥਈ ਛਾਵਾਂ ਆਏ ਦੀ, ਪੰਦਰਾਂ ਵੀਹ ਫੁੱਟ, ਵੀਹ ਫੁੱਟ ਉਹੀ ਫਿਰ ਦੋ ਤਿੰਨ ਗੱਠੇ ਗੱਠੇ ਤਾਂ ਦੋ ਤਿੰਨ ਹੋ, ਉਹ ਦੇਖ ਲਓ ਤਾਨਾ ਦਾ ਦੇਖ ਲਓ ਕਿੱਥੇ ਤੱਕ ਆ ਪਰਛਾਵਾਂ ਬਾਈ ਜੀ ਜੀ, ਇਹ ਲੇਟ ਪੱਕਣੀ ਆ, ਪਰਲੀ ਪਹਿਲਾਂ ਪੱਕ ਜਾਣੀ, ਇਹਨੇ ਲੇਟ ਵੱਢਣੀ ਪੈਣੀ, ਵਧੂਗੀ ਜ਼ਿਆਦਾ ਲਾਗ ਲਾਗ, ਆਈ ਵੱਧਦੀ ਹੈਗੀ, ਨਿਸਰ ਵੀ ਪਹਿਲਾਂ ਆਉਂਦੀ ਆ, ਪੱਕਦੀ ਨੀ ਛੇਤੀ, ਪੱਕਦੀ ਨੀ, ਊਂ ਵੀ ਥੋਥਾ ਰਹਿੰਦਾ ਦਾਣਾ, ਛੋਰੇ ਚ ਥੋਥਾ ਰਹਿੰਦਾ ਦਾਣਾ, ਬਾਕੀ ਦੇਖਣ ਨੂੰ ਵਧੀਆ ਲੱਗੀ ਜਾਂਦੀ ਹੈ, ਵੀ ਦੂਈ ਨਾਲੋਂ ਮੱਲੀ ਵੀ ਹੈ ਜ਼ਿਆਦਾ ਵੀ ਛੋਰਾ, ਬਾਕੀ ਚਾਰ ਸਵੇਰੇ ਬੂਟੇ ਹੀ ਆ, ਬੂਟੇ ਹੀ ਬੂਟਾ, ਬੂਟੇ ਹੀ ਬੂਟਾ, ਕਿਤੇ ਕੋਈ ਉਹ ਤੱਕ ਹੀ ਹੈ ਜਿਹੜੀ ਧਾਨਾ ਵਾਲੀ ਹੈ ਗੱਬੇ, ਬਾਕੀ ਜਿੱਥੇ ਗੰਨਾ ਉੱਥੇ ਤਾਂ ਹੈ ਉਹ ਬੂਟੇ ਹੀ ਹੈ ਸਾਰੇ, ਐਗਤੀ ਬਾਈ ਸਾਡੇ ਪਿੰਡ 'ਚ ਬਹੁਤ ਗੰਨਾ, ਬਹੁਤ ਗੰਨਾ, ਬਹੁਤ ਬੂਟਾ, ਬਹੁਤ ਨਹੀਂ ਬੂਟਾ, ਜਿੰਨਾ ਬੂਟਾ ਉਨਾ ਗੰਨਾ, ਬਾਕੀ ਲੇਬਰ ਦੀ ਸਮੱਸਿਆ ਆਉਣੀ ਹੈ ਐਗਤੀ, ਜੇ ਇੱਕ ਪਾਰਟੀ ਨਾ ਹੋਰ ਆਈ ਫਿਰ ਔਖਾ ਹੋ, ਦੋ ਪਾਰਟੀਆਂ ਚਾਹੀਦੀਆਂ, ਕਿ ਕੰਬਾਈਨ ਦਾ ਹੈ ਨਹੀਂ ਵੀ ਤੇ ਬਿਠਾ ਲਾ, ਇਹ ਤਾਂ ਹੱਥੀ ਕੰਮ, ਹੱਥੀ ਕੰਮ ਵਾਲਾ ਘਾੜ ਘੜਾਈ ਆ, ਲੱਦ ਲਦਾਈ ਆ, ਇਹ ਨਹੀਂ ਲੇਬਰ ਬਿਨਾ ਕੰਡ ਕੰਮ ਚੱਲਦਾ, ਇਹਦਾ ਟਾਲਾਂ ਵਾਲੇ ਵੀ ਲੈਣ ਤੇ ਅੜ ਜਾਂਦੇ, ਡੱਫੂ ਵਾਲੇ ਜਾਂਦੇ ਫਾਲੇ ਬਣੇ ਹੋਏ ਬਾਈ, ਡੱਫੂ ਆਨੰਦਪੁਰ ਕਲੌੜ ਹੈ ਨਾ ਜੀ, ਆਨੰਦਪੁਰ ਕਲੌੜ ਦੇ ਇਹ ਬਗੈਰ ਸਪਰਿੰਗਾਂ ਦਊਂ ਬਾਈ, ਇਹ ਡਰਾ 'ਚ ਜਿਹੜੇ ਆਪਾਂ ਪਾਏ ਤੇ ਜਦ ਬਾਈ ਦੋ ਕੁ ਸਾਲ ਦੀ ਗੱਲ ਆ, ਇਹ ਉਹ ਹਾਲ ਆ, ਉਹ ਬਾਈ ਦੇ ਕਹਿੰਦਾ ਗਿਆ ਫਿਰ ਅਸੀਂ ਰੱਖ ਲਈ, ਕਹਿੰਦਾ ਮੈਨੂੰ ਮੇਰੇ ਖਾਤੇ 'ਚ ਪੈਸੇ ਪਾ ਦਿਓ, ਅਸੀਂ ਪੈਸੇ ਪਾ ਦਿੱਤੇ ਉਨੇ ਜਿੰਨੇ ਦੇ ਬਣੇ ਤੇ, ਇਹ ਅਸੀਂ ਰੱਖ ਲਏ ਬਾਈ, ਇੱਕ ਮੈਂ ਕਹਿੰਦਾ ਉਹ ਨਹੀਂ ਚਲੇ ਗਏ ਜਿੰਦਾ ਨਾ ਸੁਹਾਗ, ਨਹੀਂ ਸਾਰਾ ਕੁਛ ਲੈ ਗਏ ਸੀ, ਲੈ ਗਏ ਸੀ ਸਾਰਾ, ਫਾਲੇ ਨਹੀਂ ਤਾਂ ਕਲੇ ਲੈ ਗਏ, ਫਾਲੇ ਦੂਰ ਦੇ ਬੰਦੇ ਨਿਕਲਿਆ ਤਾਂ ਇਹ ਬਾਰਡਰ ਕੋਲ ਤਾਂ ਲੱਗਦਾ ਨਹੀਂ, ਉਹ ਕਹਿੰਦਾ ਮੇਰਾ ਪੰਜ ਸੱਤ ਹਜ਼ਾਰ ਉਹ ਪੈ ਜਾਣਾ ਕਿਰਾਇਆ, ਅਗਲਾ ਕਹਿੰਦਾ ਫਿਰ ਕਿਆ ਉਹ ਉਹਨੇ ਪੈਸੇ ਪਵਾ ਲਏ ਅਗਲੇ ਨੇ, ਚੱਲ ਠੀਕ ਆ, ਉਹ 250 ਦੀ ਲੈਟਰੀ ਉਹਦੀ 22,000 ਪਾ ਦਿੱਤਾ, 22,000 ਪਾ ਦਿੱਤਾ, ਇਹ ਹੋਰ ਕੇ ਚਾਹੀਦਾ, ਸਹੀ ਗੱਲ ਹੈ, ਉਹਨੂੰ ਕਿਹੜੇ ਘੱਟ ਪਾਏ, 299 ਰੁਪਇਆ, 300 ਚ ਲੈਟਰੀ, 300 ਚ 22,000 ਦਾ ਨਿਕਲਿਆ ਆ, ਤਵੀਆਂ ਨਿਕਲ ਆਈਆਂ 80-90 ਹਜ਼ਾਰ ਦੀ ਇੱਕ ਨੂੰ, ਫੇਰ ਕਿਸਮਤੀ, ਹਾਂ ਕਿਸਮਤ ਆਪਣੇ ਇਲਾਕੇ 'ਚ ਕਿਸੇ ਨਿਕਲੀ ਹੋਈ ਨਹੀਂ, ਨਿਕਲੀ ਹੋਈ ਸਾਰੇ ਦੂਰ ਦੇ, ਕੋਈ ਬਠਿੰਡਾ ਜ਼ਿਲ੍ਹਾ, ਕੋਈ ਫਿਰੋਜ਼ਪੁਰ ਜ਼ਿਲ੍ਹਾ, ਦੂਰ ਦੂਰ ਦੇ ਨਿਕਲੀ, ਦੂਰ ਦੀ, ਜਿਹਨਾਂ ਦੇ ਆਦ ਚੇਤੇ ਵੀ ਨਹੀਂ, ਜਿਹਦੇ ਡਰਾ ਕੱਢਿਆ ਉਦੋਂ ਕਿਸੇ ਦੇ ਆਦ ਚੇਤੇ ਵੀ ਨਹੀਂ, ਫੋਨ ਕਰ ਕਰਕੇ ਵੀ ਤੇਰਾ ਡਰਾ ਨਿਕਲਿਆ, ਪਤਾ ਹੀ ਨਹੀਂ ਬਾਈ, ਇੱਕ ਤਾਂ ਜਿਹੜੇ ਜਿੰਦਰਾ ਲੈ ਗਏ ਤੇ ਉਹ ਮੋਹਾਲੀ ਕੋਲ ਦੇ ਉਦਣੇ ਲੈ ਗਏ ਤੇ ਜਿਹੜੇ ਉਹ ਦੇਖਦੇ ਤੇ ਉਹ ਵੀ ਨਹੀਂ ਤੇ ਦੇਖਦੇ, ਉਹਨਾਂ ਨੇ ਵੀ ਫੋਨ ਚੱਕਿਆ, ਉਹੀ ਕਹਿੰਦੇ ਫੋਨ ਤਾਂ ਕਰਨੇ ਪਏ, ਫੋਨ ਕਰਨੇ ਪਏ, ਫੋਨ ਕਰਨੇ ਪਏ, ਲਾਈਵ ਕੋਈ ਨਹੀਂ ਦੇਖਦਾ ਹੈਗਾ, ਆ ਚੇਤੇ ਨੀ ਤਾਂ ਉਹਨੇ ਇਹਨੇ ਆ ਚਸਕਾ ਤਾ ਵੀ ਮੇਰਾ ਨਿਕਲੇ ਆਊਗਾ, ਅਸੀਂ ਪਿੰਡ ਦੇ ਡਰਾ ਨਹੀਂ ਦੇ ਪਾਏ ਯਾਰ, ਹਾਂ ਪਿੰਡ ਦੇ ਨਹੀਂ ਦੇ ਪਾਏ, ਨਹੀਂ ਪਿੰਡ ਦੇ ਤਾਂ ਨਹੀਂ ਦੇ ਪਾਏ, ਪਿੰਡ ਦੇ ਨੂੰ ਅਗਲਾ ਕਹਿੰਦਾ ਆਪੇ ਕੱਢ ਲੈਣਾ, ਆਪੇ ਕੱਢ ਲਿਆ, ਹਾਂ ਬਾ ਜਿਹਨੂੰ ਨਿਕਲਿਆ ਅਗਲਾ ਤਾਂ ਨਹੀਂ ਕਹੂਗਾ ਵੀ ਆਪੇ ਕੱਢੇ, ਰੂਟਾਵੀਟਰ ਵੀ ਉਹ ਨਿਕਲਿਆ ਤਾਂ ਜਾ ਕੇ,
ਰੋਟਾਵੇਟਰ ਬਾਬੇ ਬਕਾਲਾ ਸਾਹਿਬ ਪੈ ਜਾਂਦਾ ਤੈਨੂੰ ਮਨ ਲੱਗਦਾ ਉਧਰ ਦਾ ਏਰੀਆ ਥਾ ਉਹਦਾ ਜਿਹੜਾ ਘੜੂਕਾ ਜਾਂਦਾ ਉਹਦੇ ਪਲੇ ਕੇ ਲੱਗ ਕੇ ਦੋ ਸਾਲ ਹੋ ਗਏ ਹਾਂ ਦੋ ਸਾਲ ਹੋ ਗਏ ਬਾਕੀ ਸਾਡੇ ਚੱਲਦੇ ਨਹੀਂ ਜਾਣੀ ਕਿ ਸਪਰਿੰਗਾਂ ਵਾਲੇ ਚੱਲਦੇ ਬਈ ਸਾਡੇ ਬੂਟਿਆਂ ਕਰਕੇ ਜੜਾਂ ਜੁੜਾਂ ਕਰਕੇ ਨਾ ਤੇ ਚਲੋ ਅਸੀਂ ਕਿਹਾ ਚੱਲ ਭਾਲ ਸਿਰ ਮਿਲਦੇ ਲੈ ਲਏ ਅਸੀਂ ਲੈ ਲਏ ਚੱਲ ਕਿਤੇ ਲੋੜ ਆ ਇਹਨਾਂ ਨੂੰ ਸਪਰਿੰਗ ਲਵਾ ਲਾ ਇਹਨਾਂ ਨੂੰ ਸਪਰਿੰਗ ਲਵਾ ਆਹੋ ਇਹਨਾਂ ਨੂੰ ਵੀ ਲੱਗ ਜੂਗੇ ਬਾਕੀ ਹੈਗੇ ਆ ਸਾਹਿਬ ਜੋਤ ਵਾਲੇ ਜਾਂ ਕਿਤੇ ਪੱਟ ਪਟਈਆ ਕਰਦੇ ਜਦੇ ਨਹੀਂ ਤੇ ਰੋਟਾ ਬੀਟਰ ਨਾ ਬਹੁਨੇ ਆ ਵਿੱਚ ਬੂਟੇ ਜਿਕਣਾ ਹੋਣਾ ਸੀ ਪੱਟੇ ਤੇ ਜੜਾਂ ਜੁੜਾ ਕੱਢ ਲਈ ਕੱਢ ਲਈ ਹੁਣ ਜੜ ਵੀ ਨਹੀਂ ਦਿਖੀ ਦੇਖ ਲੋ ਕੋਈ ਜੜ ਵੀ ਨਹੀਂ ਜੜ ਉੱਥੇ ਨਿਕਲੀ ਇੱਕ ਨਿਕਲਿਆ ਜੀ ਉਹ ਨਿਕਲੀ ਇੱਕ ਪਹਿਲਾਂ ਜੰਮੇ ਪੱਤੇ ਬਥੇਰੇ ਤੇ ਜੰਮੇ ਬਥੇਰੇ ਜੇ ਚਰੀ ਚ ਬੜੂ ਆਏ ਤੇ ਵਿੱਚੇ ਗਲ ਗੋਲ ਜਾਨੀ ਆ ਗਲ ਜਾਨੀਆਂ ਨਾ ਇਹਦਾ ਅੱਕ ਆ ਟੁਕੜੇ ਜਿਹਾ ਅੱਕ ਚੋ ਕਿਸਮ ਆ ਕੈਟ ਕੈਟ ਟੁੱਟਦੀ ਏ ਉਹ ਚੋ ਕਿਸਮ ਆ ਇਹ ਹਾਂ ਅੱਕ ਦਾ ਇਹੀ ਕੰਮ ਦਾ ਅੱਕ ਦਾ ਹੁਣ ਰੇਟ ਬਹੁਤ ਹੋਇਆ ਬੂਟੇ ਦਾ ਜੀ ਹੈਂ ਰੇਟ ਫਿਰ ਵੱਧ ਗਿਆ ਕਹਿੰਦੇ ਬਹੁਤ ਰੇਟ ਤਾਂ ਪੂਰਾ ਚਮਕਿਆ ਪਿਆ ਪੂਰਾ ਤਾਂ ਜਿਹਦੇ ਪੈਸੇ ਕੇ ਬਾਈ ਰੁਪਈਏ ਵੱਟ ਸਕਦਾ ਕਿਆ ਕਰਨਾ ਪਾਉਣਾ ਇੱਕ ਵਾਰੀ ਹੋਰ ਹਾਂ ਇੱਕ ਵਾਰ ਹੋਰ ਵਾਧ ਹੀ ਨਾਲੇ ਖੁੰਜੇ ਤੇ ਬੱਲੇ ਨੂੰ ਪੱਟ ਹੋਈ ਜੂ ਇਹੋ ਜਿਹਾ ਆਪਣਾ ਦੋ ਕੁ ਵਿਗੇ ਥੋਂ ਨਹੀਂ ਹਾਂ ਦੋ ਤਵਾ ਦੋ ਬਸ ਦੋ ਤੇ ਵੱਧ ਜੂਗਾ ਘੜਦਾ ਢਾਈ ਵਿਗੇ ਦਾ ਬੀਜ ਲਿਆਉਣਾ ਸੰਘਣਾ ਨਹੀਂ ਫਿਰ ਤੋੜੀਆਂ ਤੂੜੀਆਂ ਵੀ ਪੈ ਜਾਣਾ ਵਿੱਚ ਦੋ ਵਿੱਕੇ ਦਾ ਬਹੁਤ ਹੈ ਦੋ ਵਿੱਕੇ ਦਾ ਬਹੁਤ ਹੈ ਅਤੇ ਸਰਦ ਸੁਰੋਂ ਵੀ ਪਾਉਣੀ ਵਿੱਚ ਕਹਿੰਦੇ ਉਹ ਤਾਂ ਆਪਣੇ ਥਾਂ ਫਿਰ ਦੂਈ ਵਾੜ ਵੀ ਤਾਂ ਹੋ ਜਾਂਦੀ ਫਿਰ ਤਾਂ ਇਹ ਸਿੱਧਾ ਹੀ ਰੱਖੇ ਪਿਛਲੇ ਸਾਲ ਸੰਘਣਾ ਦਾ ਆਪਣਾ ਬਰਸੀ ਆਹ ਫਿਰ ਬੂਝਾ ਤਾਂ ਮਾਰਿਆ ਹੁੰਦਾ ਬੂਝਾ ਮਾਰਿਆ ਹੁੰਦਾ ਇਹ ਜਿੰਨਾ ਵੱਡੀ ਜਾਣਾ ਉਨਾ ਬੂਝਾ ਮਾਰੀ ਜਾਣਾ ਕਿਹੜਾ ਜੀ ਮੈਂ ਕਹਿੰਦਾ ਐਤਕੀ ਹਾੜੂ ਹੈ ਬੀਜ ਕੇ ਦੇ ਨਹੀਂ ਪਿੱਛੇ ਆ ਕੇ ਨਹੀਂ ਫਿਰ ਵੱਟ ਹੁੰਦਾ ਨਾ ਵੱਢੋ ਫਿਰ ਜਾਤੀ ਤਾਂ ਹਰਾ ਹੀ ਰਹਿੰਦਾ ਜਾਤੀ ਹਰਾ ਤਾਂ ਰਹਿੰਦਾ ਦੂਆ ਸਾਲਾ ਸੁੱਕ ਜਾਂਦਾ ਕਿੰਨਾ ਕੁ ਦੋ ਵਿਘੇ ਜਗ੍ਹਾ ਅਤੇ ਕਿਹੜੇ ਸਾਲਾ ਕੀਲਾ ਬੀਜਣਾ ਦਸ ਰੁਪਈਏ ਮਹਿੰਗਾ ਆਜੂ ਇਹੀ ਹੈ ਚੱਲ ਦੇਖਦਾ ਹਾੜੂ ਬੀਜਣਾ ਕਈ ਸਾਲ ਬਾਅਦ ਬੀਜਣਾ ਨਹੀਂ ਤਾਂ ਦੂਈ ਬੀਜਦੇ ਦੂਆ ਹੀ ਚੱਲਦਾ ਹਰਾ ਤਾਂ ਰਹਿੰਦਾ ਵੱਢਤਾ ਚਾਹ ਨਾ ਵੱਢ ਲਏ ਉਹ ਤਾਂ ਤੇਰੀ ਮਰਜ਼ੀ ਹੈ ਇਹ ਤਾਂ ਮੈਨੂੰ ਲੱਗਦਾ ਜਦ ਤੱਕ ਤੇਰਾ ਆਪਾਂ ਪਨੀਰੀਆਂ ਬੀਜਦੇ ਜਦ ਤੱਕ ਵੱਢ ਹੋਈ ਜਾਂਦਾ ਹਾਂ ਆਰਾਮ ਨਾਲ ਹੈ ਉਸ ਮੌਕੇ ਕਹਿ ਦੇ ਤੁਹਾਨੂੰ ਮਈ ਜੂਨ ਤੱਕ ਹਾਂ ਉਹ ਤਾਂ ਆਪਣੀ ਮਰਜ਼ੀ ਆ ਵਿੱਚ ਵਾ ਦੇ ਉਹ ਵਿੱਚ ਵਾ ਦੇ ਜਾਣੀ ਊਂ ਤਾਂ ਹਰਾ ਰਹਿੰਦਾ ਦੂਆ ਸੁੱਕ ਜਾਂਦਾ ਫਿਰ ਐਤਕੀ ਬੀਜਣਾ ਹੀ ਹੈ ਆੜੂ ਹੀ ਬੀਜਣਾ ਚਲੋ ਬਾਕੀ ਫਿਰ ਬੱਕਰੀਆਂ ਖਾਤਾ ਤਾਂ ਗੱਠਾਂ ਲਿਆਉਣੀਆਂ ਦੇਖਦੇ ਹਾਂ ਹੁਣ ਚਰੀ ਜਾ ਹੁਣ ਡੰਗਰਾਂ ਨੂੰ ਦੋ ਦਿਨ ਪਾ ਲਈ ਚਰੀ ਤਾਂ ਨਿਪੜ ਗਈ ਚਰੀ ਦੋ ਤਿੰਨ ਦਿਨ ਦੀ ਉਹ ਡੰਗਰਾਂ ਨੂੰ ਹਾਲੇ ਚਾਰ ਦਿਨ ਉਹ ਪਾ ਲਾ ਤਾਂ ਦੈੜ ਚੱਲੂ ਲੈੜ ਚਲਾ ਜਾਂ ਚੈੜਾ ਚੱਲੂ ਚੈੜਾ ਚੱਲ ਪਊਗਾ ਹਾਂ ਜਾਣੀ ਬੱਕਰੀਆਂ ਨੂੰ ਫੇ ਪਾਈ ਜਾ ਹਾਲੇ ਚਾਰ ਦਿਨ ਬੱਕਰੀ ਨੂੰ ਪਾ ਦੇ ਬਾਅਦ ਉਹਨੇ ਬੜੋ ਕੰਮ ਹੁਣ ਬਈ ਸਵੇਰ ਦਾ ਟਾਈਮ ਆ ਅੱਜ ਦੂਜੇ ਦਿਨ ਪੂਰੀ ਧੁੱਪ ਲੱਗ ਜਾਣੀ
ਐਨ ਬਣ ਜਾਣਾ ਸ਼ੱਕਰ ਵਰਗਾ ਖੇਤ, ਫਿਰ ਸਵਾਗਾ ਦੇ ਕੇ ਵੱਟਾ ਬਸ, ਲਸਣ ਵੀ ਲਾਉਣਾ ਉਹਨਾਂ ਦਾ ਹੀ, ਲੇਟ ਹੋ ਜਾਣਾ ਬਾਈ। ਬਰਸੀਨ ਵਾਲਾ ਖੇਤ ਆਪਾਂ ਤਾਂ ਵਾਹਤਾ ਤੇ ਜਦ, ਅਤੇ ਬਾਕੀ ਦੁਪਹਿਰੇ ਰੋਪੜ ਗਏ ਹੋਏ ਤੇ ਬੀਜ ਲਿਆਂਦਾ ਆਪਾਂ ਨੇ ਬਰਸੀਨ ਦਾ, ਅਤੇ ਸਵੇਰੇ ਸਵਾਗਾ ਮਾਰ ਕੇ ਜੇ ਪਾਵਰ ਆ ਗਈ ਕੱਲੂ ਬਾਈ ਅਤੇ ਬਰਸੀਨ ਕੱਲੂ ਬੀਜ ਦੇਣਾ, ਬੀਜ ਲਿਆਂਦਾ ਆਪਾਂ ਨੇ ਅਤੇ ਹਾੜੂ ਬੀਜ ਲਿਆਂਦਾ ਬਾਈ, ਐਤੀ ਦੇਖਦੇ ਬੀਜ ਕੇ ਲਿਆਂਦਾ, ਅੱਧੇ ਕਿੱਲੇ ਦਾ ਬੀਜ, 5 ਕਿਲੋ ਬੀਜ ਲਿਆਂਦਾ ਬਾਈ, ਅਤੇ 2 ਕਿਲੋ ਬਿੱਘੇ ਦਾ ਕਹਿੰਦੇ ਹਾਂ, 5 ਕਿਲੋ ਲਿਆਂਦਾ ਆਪਾਂ ਨੇ, ਅੱਧੇ ਕਿੱਲੇ ਦਾ ਲਿਆਂਦਾ, ਬਾਕੀ ਜਗ੍ਹਾ ਮਿਣ ਕੇ ਜਿੰਨੀ ਗੱਲ ਲੇਟ ਬੀਜਣੀ ਹੋਈ ਥੋੜ੍ਹੇ ਬਹੁਤ 1 ਕਿਆਰਾ ਜਿਹੜਾ ਹੈ ਉਹ ਬੀਜ ਰੱਖ ਲਉਂਗੇ, ਬਾਕੀ ਬੀਜ ਦੇਣਾ ਆਪਾਂ ਨੇ। ਅਤੇ ਹੁਣ ਬਾਈ ਘਰਾਂ ਲੱਗੇ ਹੋਏ ਹਾਂ, ਘਰਾਂ ਆਪਣਾ 1 ਕਿਆਰੀ ਵਿਹਲੀ ਪਈ ਤੇ ਪਹਿਲਾਂ ਆਪਾਂ ਨੇ ਲਾਈ ਹੋਏ ਅਤੇ ਉਹਦੇ ਭਿੰਡੀਆਂ ਦੀਆਂ ਆਈਟਮਾਂ ਬਤਾਊਂ ਅਤੇ ਹੋਰ ਸ਼ਿਮਲਾ ਮਿਰਚ ਦੀ ਮਿਰਚਾਂ ਤੀਆਂ ਕਈ ਤਰ੍ਹਾਂ ਦੀਆਂ ਆਈਟਮਾਂ ਤੀਆਂ, ਜੇ ਜਾਣੀ ਕਿ ਵੀ ਗਰਮੀ ਗਰਮੀ ਸੋਹਣਾ ਸਰੀ ਗਿਆ, ਅਤੇ ਹੁਣ ਆਪਾਂ ਨੇ ਸਿਆਲ ਵਾਲਾ ਕੰਮ ਕਰ ਦੇਣਾ, ਇਹ 'ਚ ਬੀਜ ਦੇਣਾ, ਹੁਣ ਐਟਮਾਂ ਕਈ ਆ ਤੁਹਾਨੂੰ ਦਿਖਾ ਦਿੰਦੇ ਹਾਂ, ਪੱਧਰਾ ਜਿਹਾ ਕਰਨਾ ਬਾਈ, ਗੜਾਈ ਤਾਂ ਤਕਰੀਬਨ 3-4 ਵਾਰੀ ਕਰਤੀ ਮੈਂ ਇਹਦੀ, ਡੀਲਾ ਉਰੇ ਖੇਤ 'ਚੋਂ ਮਿੱਟੀ ਲਿਆਂਦੀ ਹੋਈ ਆ ਉਹਦੇ ਕਰਕੇ ਡੀਲਾ ਬਹੁਤ ਆ, ਇਹ 'ਚ ਧਨੀਆ ਸਰੋਂ ਸਰੋਂ ਆਪਾਂ ਨੇ ਜਾਣੀ ਕਿ ਖੇਤ 'ਚ ਵੀ ਬੀਜ ਦੇਣੀ ਅਤੇ ਉਰੇ ਹੀ ਬੀਜ ਦੇਣੀ, ਪਾਲਕ ਪੂਲਕ ਤੋੜ ਹੋ ਜਾਂਦੀ ਬਾਈ ਉਰੀ ਨੇੜ 'ਚ ਜਾਂ ਆਪਣੇ ਕੋਲ ਜਗ੍ਹਾ ਪਈ ਆ, ਤਕਰੀਬਨ ਬਾਈ ਸਾਰੀਆਂ ਹੀ ਆਈਟਮਾਂ ਬਾਈ ਇਹ 'ਚ, ਮੂਲੀ ਸਲਗਮ ਧਨੀਆ ਮੇਥੀ ਅਤੇ ਗਾਜਰ ਗੁਜਰ ਮੂਲੀ ਸਲਗਮ ਸਾਰਾ ਕੁਛ ਆ, ਅਤੇ ਆਪਾਂ ਨੇ ਹੁਣ ਕਿਆਰੀਆਂ ਬਣਾ ਲੈਣੀਆਂ, ਪੱਧਰਾ ਜਿਹਾ ਕਰ ਲਵਾਂ ਪਹਿਲਾਂ,
ਤੇ ਫਿਰ ਵੀ ਛਿੱਟਾ ਦੇ ਕੇ ਬੀਜਦੇ ਆ ਸਾਰੇ। ਤੇ ਹਰੇਕ ਸਾਲ ਬਾਈ ਆਪਾਂ ਜਗ੍ਹਾ ਹੈਗੀ ਆ, ਪਹਿਲਾਂ ਅੱਗੇ ਉੱਥੇ ਆਉਂਦੇ ਤੇ ਉਹ ਇੱਟਾਂ ਹੀ ਤੀਆਂ ਲਾਈਆਂ, ਪਹਿਲਾਂ ਉੱਧਰ ਬੀਜ ਲੈਂਦੇ ਤੇ, ਅਤੇ ਪਿਛਲੇ ਸਾਲ ਖੇਤ 'ਚੋਂ ਮਿੱਟੀ ਚੱਕ ਕੇ ਲਿਆ ਕੇ, ਅਤੇ ਆਪਾਂ ਸਾਈਡ ਸਾਈਡ ਹੈਗੀ ਆ ਜਗ੍ਹਾ, ਅਤੇ ਆਪਾਂ ਨੇ ਬੂਟੇ ਵੀ ਤਕਰੀਬਨ ਬਾਈ ਸਾਰੇ ਲਾਏ ਹੋਏ, ਨਿੰਬੂ ਕਿੰਨੂ ਅਤੇ ਅੰਬ ਅਮਰੂਦ ਤਕਰੀਬਨ ਸਾਰੇ ਉਹ ਆ ਲਾਗੇ, ਜਾਮਣ ਵੀ ਲਾਤੀ। ਇੱਕ ਆਪਾਂ ਬਾਈ ਯੂਨੀਵਰਸਿਟੀ 'ਤੇ ਉਹ ਵੀ ਲਿਆਏ ਤੇ ਐਕਟੀ ਐਪਲ ਵੇਰੀ ਕਹਿੰਦੇ ਜਿਹੜੀ, ਅਤੇ ਆਪਾਂ ਨੇ ਉਹ ਵੀ ਲਾਤੀ, ਅਤੇ ਫਰੂਟ ਫਰਾਟ ਸਾਰੇ ਬੂਟੇ ਲਾਤੇ ਹੋਏ ਫਰੂਟਾਂ ਦੇ। ਅਤੇ ਆਹ ਹੈਗੇ ਆ ਛਾਵਾਂ ਦੇ, ਛਾਵਾਂ ਵਾਲੇ ਪਤਾ ਨਹੀਂ ਅਮਨ ਬਾਈ ਨੇ ਲਾਏ ਹੋਏ ਆ, ਉਹ ਵੀ ਇਹ ਲੱਗਿਆ ਹੋਇਆ ਹੈ, ਫੁੱਲ ਫਲ ਵੀ ਲਾਏ ਹੋਏ ਚਾਰੇ ਪਾਸੇ, ਅਤੇ ਸਾਡੀ ਖਜੂਰ ਵੀ ਖੜ੍ਹੀ ਇੱਕ ਬਹੁਤ ਪੁਰਾਣੀ ਆ ਬਾਈ। ਕਿਸੇ ਟਾਈਮ ਨਾ ਐਨ ਛਤਰੀ ਹੁੰਦੀ ਸੀ ਜਦ ਛੋਟੇ ਛੋਟੇ ਹੁੰਦੇ, ਤਾਂ ਇੰਨੀ ਛਾਵਾਂ ਗੂੜੀ ਆ ਇਹਦੀ ਗੂੜੀ ਹੁੰਦੀ ਸੀ, ਜਦ ਤਾਂ ਬਾਈ ਬਹੁਤ ਨਹੀਂ ਮੀਤੀ, ਹੁਣ ਤਾਂ ਵੱਧ ਗਈ ਬਹੁਤ। ਅਤੇ ਪਹਿਲਾਂ ਸਾਡਾ ਉਹ ਖਜੂਰ ਵਾਲਾ ਘਰ ਜ਼ਿਆਦਾ ਵੱਜਦਾ ਤਾ, ਜੇ ਕੋਈ ਕਹਿ ਦੇਵੇ ਬਈ ਖਜੂਰ ਵਾਲਿਆਂ ਦੇ ਘਰ ਜਾਣਾ, ਇਹ ਵਿਹੜੇ 'ਤੇ ਗੱਬੇ ਖੜ੍ਹੀ ਹੁੰਦੀ ਸੀ, ਹੁਣ ਤਾਂ ਚਲੋ ਇੱਧਰ ਮਕਾਨ ਪੈ ਗਿਆ ਕੋਠੀ ਪੈ ਗਈ, ਅਤੇ ਇਹਦੇ ਕਰਕੇ ਘੱਟ ਦਿਖਦੀ ਆ, ਪਹਿਲਾਂ ਤਾਂ ਐਨ ਗੱਬੇ ਸੈਂਟਰ 'ਚ ਹੁੰਦੀ ਸੀ, ਸਾਰਾ ਵਿਹੜਾ ਐਨ ਦਿਖਦਾ ਹੁੰਦਾ ਤਾ। ਅਤੇ ਅੱਗੇ ਦਾਦੇ ਨਾ ਹੀ ਵਪਾਰ ਦਾ ਕੰਮ ਕਰਦੇ ਹੁੰਦੇ ਤੇ, ਜਿੰਨੇ ਵਪਾਰੀ ਆ ਕੇ ਦੁਪਹਿਰਾਂ ਦੁਪਹਿਰਾਂ ਕਈ ਵਾਰ ਰੂਈ ਕੱਟਦੇ ਹੁੰਦੇ ਤੇ। ਅਤੇ ਕਰਦੀ ਆ ਬਾਈ ਪੱਧਰਾਂ, ਫਿਰ ਦਿੰਦੇ ਛਿੱਟਾਂ ਬੀਜਦੇ ਹਾਂ, ਨਿਬੇੜਦੀ ਹੈ ਕੰਮ ਕੱਲ੍ਹ ਨੂੰ ਖੇਤ 'ਚ, ਅਤੇ ਬੀਜ ਨਹੀਂ ਤਾਂ ਲਿਆਉਂਦੇ ਹੋਏ ਬਾਈ ਬੀਜਾਂ ਦੀ ਘੋਲ ਹੋ ਗਈ ਤੀ, ਪਿਆ ਤਾਂ ਗਜ ਵੀ ਆ ਆਪਣੇ ਕੋਲ, ਜੇ ਨਾ ਲੋਟ ਆਇਆ ਗਜ ਦਾ ਪੱਧਰਾ ਕਰ ਦੇਣਾ ਆਪਾਂ ਨੇ ਐਨ ਇਹ 'ਚ। ਆਪਾਂ ਨੇ ਬਾਈ ਕੁਛ ਨਹੀਂ ਪਾਉਣਾ ਇਹ 'ਚ, ਆਪਾਂ ਨੇ ਦੇਸੀ ਰੇਹ ਪਾਇਆ ਹੋਇਆ, ਕੋਈ ਰੇਹ ਨਹੀਂ ਪਾਉਣਾ, ਕੋਈ ਸਪਰੇਅ ਨਹੀਂ ਕਰਨੀ, ਕੋਈ ਕੁਛ ਨਹੀਂ, ਰੇਹ ਵੀ ਨਹੀਂ। ਜਿਹੜੀ ਆਪਾਂ ਨੇ ਗਰਮੀਆਂ 'ਚ ਵੀ ਸਬਜ਼ੀਆਂ ਲਾਈਆਂ ਹੋਈਆਂ, ਅਤੇ ਊਂ 'ਚ ਵੀ ਇਹਨੇ ਆਪਾਂ ਨੇ ਸਪਰੇਅ ਕਰੀ, ਨਾ ਰੇਹ ਪਾਇਆ, ਕੁਛ ਨਹੀਂ ਕਰੇ, ਔਰਗੈਨਿਕ ਜਿਹੜੀ ਚਲੋ ਚੀਜ਼ ਆਪਾਂ ਨੇ ਖਾਣੀ ਆ, ਊਂ 'ਚ ਤੱਕ ਦੇਸੀ ਰੇਹ ਜ਼ਰੂਰੀ ਆ, ਦੇਸੀ ਰੇਹ ਪਾ ਦਿਉ ਤਾਂ ਕੁਛ ਵਧੀਆ ਹੋਵੇ, ਨਾ ਰੇਹ ਪਾਵੇ ਨਾ ਸਪਰੇਅ ਕਰੇ। ਆਪਾਂ ਨੇ ਬੱਕਰੀਆਂ ਦਾ ਵੀ ਰੇਹ ਪਾ ਲਿਆ ਹੋਇਆ ਇਹ 'ਚ, ਅਤੇ ਦੂਜਾ ਡੰਗਰਾਂ ਦਾ ਦੇਸੀ। ਡੈਡੀ ਗਿਆ ਹੋਇਆ ਬਾਈ ਉੱਧਰ ਘੁੰਮਣ ਫੁੱਟਾਂ ਵੱਲ, ਲਓ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ, ਰਹਿ ਰਾਸ ਟਾਈਮ ਹੋ ਗਿਆ, ਅਤੇ ਗੁਰਦੁਆਰਾ ਸਾਹਿਬ 'ਚ ਫਾਟੀ ਸਿੰਘ ਲੱਗ ਗਏ ਬਾਈ, ਪਾਠ ਹੋਣ ਲੱਗ ਗਿਆ, ਅਤੇ ਆਹ ਬੀਤੀਆਂ ਆਪਾਂ ਨੇ ਸਾਰੀਆਂ ਕਿਆਰੀਆਂ ਬਾਈ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਕਿਆਰੀਆਂ ਬਣਾਤੀਆਂ ਬਾਈ, ਛੋਟੇ ਛੋਟੇ ਸੱਤ ਕਿਆਰੇ ਬਣ ਕਿਆਰੀਆਂ ਬਣ ਗਈਆਂ ਤਕਰੀਬਨ। ਅਤੇ ਆ ਰਹੇਗੀ ਆਪਣੇ ਕੋਲ ਲਾਸਟ ਆਈਟਮ ਗਾਜਰ, ਗਾਜਰ ਦਾ ਦੇ ਦਈਏ ਹੁਣ ਛੱਟਾ ਬਰੀਕ ਬਰੀਕ, ਅਤੇ ਵੱਟਾਂ ਪਰ ਉਹ ਰਹਿ ਗਿਆ ਕੰਮ ਆਪਣਾ ਉਂਗਲੀਆਂ ਲਾਉਣੇ ਦਾ, ਅਤੇ ਸਿੱਧਾ ਜਿਹਾ ਕੰਮ ਰੱਖਣਾ ਤਾਂ ਹੋਣਾ ਬਈ, ਜਿੰਨੀ ਸਿੱਧੀ ਹੋਊਗੀ ਨਾ ਗਾਜਰ ਉਹਨਾਂ ਮੋਟੀ ਹੋਵੇ, ਲੇਟ ਹੋ ਗਏ ਉਹਨੂੰ ਤਾਂ ਹੋਣੀਆਂ ਚਾਹੀਦੀਆਂ ਤੀਆਂ, ਇਹ ਗੁਪਤ ਰੱਖੀਆਂ ਹੋਈਆਂ ਪਾਲਕ ਮੇਥੀ ਸਭ।
ਕਿੱਥੇ ਰਹੀ ਸੈਲਰ? ਉਹ ਬਾਗਬਾਨੀ ਲਗਾਉਂਦੀ ਅਸੀਂ ਨਜ਼ਰ ਨਾ ਪੈ ਜਾਵੇ, ਰੇਟ ਕਰਤੀਆਂ ਇਹ ਟਾਈਮ ਨੂੰ ਤਾਂ ਐਂ ਪਿਛਲੇ ਸਾਲ ਜੰਮੀਆਂ ਹੋਈਆਂ ਨੇ, ਰੇਟ ਤਾਂ ਭਾਈ ਤੁਸੀਂ ਉਹ ਕਰੀਏ। ਬਰੀਕ ਛੱਡਾ ਦਿੱਤਾ, ਚਲੋ ਬਾਕੀ ਦਿਖਾਉਂਗੇ ਤੁਹਾਨੂੰ ਬਾਈ ਪੁੱਟਿਆ ਵੀ ਸਾਰੀਆਂ ਵਧੀਆ ਹਰਿਆਈ ਮਾਰੇ। ਅਤੇ ਬਾਕੀ ਬਾਈ ਜਿੱਥੇ ਤੁਹਾਨੂੰ ਵੀ ਮਾੜੀ ਮੋਟੀ ਜਗ੍ਹਾ ਮਿਲਦੀ ਆ ਅਤੇ ਘਰ ਵਾਸਤੇ ਆਪਣਾ ਤਕਰੀਬਨ ਸਾਰੀਆਂ ਸਬਜ਼ੀਆਂ ਵਿੱਚੋਂ ਜਿੱਦਾਂ ਊਂ ਹੀ ਛੁੱਟਾ ਦੇ ਦਿਉ ਬਾਈ ਅਤੇ ਵਧੀਆ ਹੋ ਜਾਂਦੀ ਹੈ। ਬਾਕੀ ਹੁਣ ਪਾਣੀ ਪੂਣੀ ਦੀ ਵੀ ਮਾੜੀ ਮੋਟੀ ਲੋੜ ਪੈਣੀ ਸਿਆਲ 'ਚ ਤਾਂ, ਅਤੇ ਜਿਹੜੀਆਂ ਆਈਟਮਾਂ ਰਹਿ ਗਈਆਂ ਮਾੜੀ ਮੋਟੀ ਆਪਾਂ ਨੇ ਖੇਤ 'ਚ ਵੀ ਬੀਜਦਾਂ। ਅਤੇ ਬਾਕੀ ਹੋ ਗਿਆ ਫਾਈਨਲ ਕੰਮ ਹੀ, ਅਤੇ ਆਪਾਂ ਇਹ ਗੁੱਡ ਕੇ ਪੱਥਰਾ ਜਿਹਾ ਕਰਦਾ ਹੱਥ ਜਿਹਾ ਮਾਰਦਾ, ਹੁਣ ਕਟਾਈ ਕਰਨੀ ਬਾਈ ਕਹੀ ਨਾ, ਅਤੇ ਬਾਕੀ ਉਹਦੇ ਪਰ ਹੱਥ ਜਾਂ ਪੋਲਾ ਜਿਹਾ ਕਰਕੇ ਆਪਾਂ ਨੇ ਹੱਥ ਪੇਟ, ਅਤੇ ਬਾਕੀ ਫਾਈਨਲ ਆ ਕੰਮ ਇੱਧਰ ਲਾਈ ਹੋਈ ਬਾਈ ਮੇਰੀ ਆਪਾਂ ਨੇ, ਆਪਾਂ ਪੀਤੇ ਦੇ ਬੂਟੇ ਲੱਗੇ ਹੋਏ ਆ, ਤੋਂ ਆਹ ਵੇਰੀ ਲਾਈ ਤੀ ਦੇਖੋ ਹਰੀ ਹੋ ਗਈ ਪੂਰੀ 'ਚ ਵਧੀਆ ਚੱਲ ਗਈ। ਇਹ ਐਪਲ ਵੇਰੀ ਆ ਬਾਈ ਲੁਧਿਆਣੇ ਯੂਨੀਵਰਸਿਟੀ ਮੇਲੇ 'ਤੇ ਲਿਆਏ ਤੇ, ਦੇਖਦੇ ਹਾਂ ਕਿਹੋ ਜਿਹੀ ਹੁੰਦੀ ਆ। ਆਹ ਪਪੀਤੇ ਦੇ ਬੂਟੇ ਲੱਗੇ ਹੋਏ, ਕਾਹ ਲੱਗਿਆ ਹੋਏ ਕਾਹ ਲੱਗਿਆ ਫਰੂਟ ਸਾਰੇ ਲਾਤੇ ਬਾਈ, ਜਗ੍ਹਾ ਬਥੇਰੀ ਤੂੰ ਨਾਲੇ ਹਰਿਆਈ ਸੋਹਣੀ ਲੱਗਦੀ ਆ। ਚਲ ਠੀਕ ਆ ਜੀ, ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।